ਦਾੜਾ ਕਹਿੰਦੇ ਹੁੰਦਾ ਸੁਪਨੇ ਚ ਜੇ ਦਾੜਾ ਸੁਪਨਾ ਹੀ ਨਹੀਂ ਯਾਦ ਆਉਂਦਾ ਭੁੱਲਦਾ ਹੀ ਨਹੀਂ ਰਹੀ ਜੇ ਜਡਾਰੇ ਤੇ ਨਾ ਗਲੀਆਂ ਮੁਕਦੀਆਂ ਨੇ ਨਾ ਬਾਜ਼ਾਰ ਮੁਕਦਾ ਉੱਥੇ ਰਹੀ ਜਾ ਅੱਛਾ ਇਹਦੇ ਮੁੱਕਣੀ ਗੱਲ ਉਹਨੇ ਜੋ ਦਮ ਨਿਕਲ ਜਾਣੇ ਨੇ ਬਿਲਕੁਲ ਜਿਹਦੀ ਦੁਨੀਆਂ ਦੁਨੀਆਂ ਹੀ ਤਰਸ ਕੇ ਮਰ ਗਈ ਹੈ ਇੱਕ ਦਿਨ ਦੇਖਣ ਵਾਸਤੇ ਜਦਾਵਾ ਦਾ ਜਾਪ ਦਾ ਉਸੇ ਤਰ੍ਹਾਂ ਗਰਦਾਰ ਖਿੜੀ ਹੋਈ ਉੱਥੇ ਹੁਣ ਬੰਦਾ ਕੋਈ ਨਹੀਂ ਉਸ ਵਕਤ ਦੇ ਤਾਂ ਉੱਥੇ ਹੀ ਨੇ ਨਾ ਸਾਨੂੰ ਉਹ ਗਲਦਾਰ ਕਿਉਂ ਹੀ ਲੱਭਦੀ ਹੈ ਨਾ ਜੇ ਸਾਨੂੰ ਪੈਦਾ ਹੋਇਆ ਲੱਭੇ ਤੇ ਫੇਰ ਸਾਨੂੰ ਭੁੱਲ ਜਾਏ ਭੁੱਲ ਨਹੀਂ ਸਕਦਾ ਦਾਦਾ ਨਹੀਂ ਭੁੱਲਦਾ ਨਾ ਭੁੱਲਣਾ ਹੀ ਹੈ ਦਾਦਾ ਜਦਾਰਾ ਸੀ ਉਹ ਜਦਾਰਾ ਸੱਤਾਂ ਜਦਾਰੇ ਦੀਆਂ ਨੇ ਅੱਠ ਪਏ ਕਿਸੇ ਪੈਨੂੰ ਨਹੀਂ ਪੈਂਦੇ ਬੜਾ ਤਗੜਾ ਸੀ ਅੱਛਾ ਜੇ ਤੁਹਾਨੂੰ ਜਦਾਰੇ ਲੈ ਜਾਈਏ ਪਿੰਡ ਚ ਬਾਹਰ ਛੱਡ ਦਈਏ ਪਏ ਤੇ ਘਰ ਪਹੁੰਚ ਜਾਓਗੇ ਆਪਣੇ ਜਦਾਰੇ ਕਹਿੰਦੇ ਪਿੰਡ ਚ ਛੱਡ ਦਈਏ ਤੁਹਾਨੂੰ ਪਿੰਡ ਦੇ ਲਾਗੇ ਕਸੂਰ ਜਾ ਕੇ ਛੱਡ ਦੇਵੇ ਅੱਖਾਂ ਬੰਦ ਦੇਵੇ ਅੱਛਾ ਅੱਖਾਂ ਵੀ ਛੱਡਾ ਤਾਂ ਹੀ ਲੱਭਦਾ ਉਹ ਮੈਂ ਨਾ ਕਿਹੜਾ ਬੰਦਾ ਜਿਹੜਾ ਜੇ ਗੱਲਾਂ ਕਰ ਲੈਂਦਾ ਤਾਂ ਮੈਨੂੰ ਲੱਭਦਾ ਹੀ ਕੋਈ ਨੀ ਇਹ ਸਾਰੀ ਕਿੰਨੇ ਕਡੂੰਗੇ ਨੇ ਕਿਸੇ ਨੇ ਹੱਥ ਨਾ ਪਾਈ ਇਹ ਸਾਰੀ ਕਿੰਨੇ ਕਡੂੰਗੇ ਨੇ ਕਿਸੇ ਨੇ ਹੱਥ ਨਾ ਪਾਈ ਨਾ ਬਰਸਾਤਾਂ ਚ ਹੜਦੇ ਨੇ ਤੇ ਨਾ ਓੜਾਂ ਚ ਸੁੱਕਦੇ ਨੇ ਗਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ ਗਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ ਉਹਦੀ ਗੱਲਾਂ ਇਹ ਹੋਈਆਂ ਹਨ ਉਹਨਾਂ ਦਾ ਇੰਟਰਵਿਊ ਮੈਂ ਸੁਣਿਆ ਅੱਛਾ ਉਹਨਾਂ ਆਖਿਆ ਆਂਦਾ ਮੈਂ ਸੰਮੂ ਵਾਲੇ ਖੂਬ ਦਾ ਵਾ ਤੇ ਲੰਬੜ ਸਾਡੇ ਚ ਅਸੀਂ ਉਹਨਾਂ ਚੋ ਚੰਡਾਰੇ ਵਾਲਾ ਖੂਬ ਸਾਡਾ ਅੱਛਾ ਪਿੱਪਲ ਵਾਲਾ ਖੂਬ ਬਿਲਕੁਲ ਸਹੀ ਮੈਂ ਉਹਨੂੰ ਆਖਿਆ ਵੀ ਇਹਦਾ ਨਾਂ ਪੁੱਛ ਪਹਿਲਾਂ ਅੱਛਾ ਫਿਰ ਉਹਨੇ ਨਾਂ ਪੁੱਛਿਆ ਉਹ ਜਦੋਂ ਸਰਦਾਰ ਸਿੰਘ ਦਾ ਨਾਂ ਲਿਆ ਮੈਂ ਬਿਲਕੁਲ ਠੀਕ ਹੈ ਮੈਂ ਜਾਣ ਅੱਛਾ ਠੀਕ ਹੈ ਮੈਂ ਵੇਲੀ ਜਿਹੜਾ ਉਹ ਇਹਦਾ ਤਾਂ ਤਾਇਆ ਮੰਗਲ ਸਿੰਘ ਜਿਹੜਾ ਚਾਚਾ ਉਹ ਝਾੜੀ ਪੀਂਦਾ ਹਾਂਜੀ ਠੀਕ ਹੈ ਮੈਂ ਫਿਰ ਉਹਨਾਂ ਨੂੰ ਜਦੋਂ ਮੇਰੀ ਗੱਲਬਾਤ ਹੁਣ ਹੋਣ ਲੱਗੀ ਹੈ ਨਾ ਅੱਛਾ ਮੈਂ ਉਹ ਤੁਹਾਨੂੰ ਦੱਸਣਾ ਵੀ ਇਹਨਾਂ ਦਾ ਡੇਰਾ ਨਾਰੇ ਕੀਤਾ ਇਹ ਸਾਡੇ ਆਦੀ ਸਨ ਅੱਛਾ ਵਡੇਰਿਆਂ ਦੀ ਗੱਲ ਸੁਣਨੇ ਆ ਠੀਕ ਠੀਕ ਬਾਬਾ ਕਾਸਮ ਹੁੰਦਾ ਸੀ ਹਾਂ ਬਾਬਾ ਸ਼ੇਰਾ ਹਸਨ ਮੁਹੰਮਦ ਜ਼ਬਰਦਾਰ ਜੀ ਇਹਨਾਂ ਵਡੇਰਿਆਂ ਦੀ ਵੰਡ ਹੋਈ ਸੀ ਸੰਮੂ ਵਾਲੇ ਖੂਹ ਦਾ ਰਕਬਾ ਸੀ 45 ਕਿੱਲੇ ਉਸ ਖੂਹ ਦਾ ਰਕਬਾ ਸੀ 100 ਕਿੱਲਾ ਸਹੀ ਇਹ ਵੰਡ ਹੋਈ ਵੀ ਜਿਹੜਾ ਉੱਥੇ ਜਾਏ 100 ਕਿੱਲਾ ਲੈ ਲੈ ਜਿਹੜੇ ਇੱਥੇ ਰਹੇ 45 ਕਿੱਲੇ ਲੈ ਇਹ ਤੁਸੀਂ ਹੁਣ ਮੈਨੂੰ ਦੱਸੋ ਕਿ ਜਿਹੜੇ 8 ਪੇ ਨਿਕਲਦੇ ਸਨ ਜੁਦਾਲੇ ਤੋਂ ਉਹ ਕਿਹੜੇ ਕਿਹੜੇ ਪਿੰਡ ਨੂੰ ਟੱਚ ਕਰਦੇ ਉਹ ਇੱਕ ਜਾਂਦਾ ਇਹ ਪੜੋਸੀਆਂ ਨੂੰ ਠੀਕ ਹੈ ਇੱਕ ਰਿਸ਼ਾੜੇ ਨੂੰ ਇੱਕ ਕਰਧਾਮਿਆਂ ਨੂੰ ਕਾਲੂ ਵਾਲੀ ਨੂੰ ਡੁਗਰੀ ਨੂੰ ਸਹੀ ਹੈ ਪੰਜਗਰਾਈਆਂ ਨੂੰ ਅੱਛਾ ਇਹਨਾਂ ਪਿੰਡਾਂ ਚੋਂ ਖਿਲੇ ਕਮਾਲੇ ਨੂੰ ਵਾਹ ਜੀ ਵਾਹ ਠੀਕ ਹੈ ਕਾਲਾ ਨੂੰ ਅੱਛਾ ਅੱਜ ਕੱਲ ਇਹ ਜਿਹੜਾ ਰਾਹ ਜਾਂਦੇ ਹੈ ਸਾਰੇ ਪੱਕੇ ਹੋ ਚੁੱਕੇ ਨੇ ਅੱਛਾ ਅਰਧਾਮਿਆਂ ਜਿਹੜੇ ਜਾਂਦੇ ਉੱਥੇ ਵੀ ਸੋ ਲੱਗਿਆ ਨਾਲੇ ਤੇ ਪੁਲ ਬਣੇ ਹੋਏ ਅੱਛਾ ਲਵੇਰਿਆਂ ਵੀ ਸ਼ਰਕੀ ਜਾਂਦੀ ਰਾਜ ਪੁਲ ਬਣੇ ਹੋਏ ਕਮਾਲੇ ਵੀ ਜਾਂਦੇ ਇੱਕ ਸ਼ਰਕ ਬਾਅਦ ਨੂੰ ਬਾਜਵੇ ਲਗਾ ਜੀ ਪਸੂ ਡਸਕਾ ਤੋਂ
बाबा झंडा सिंह सी जी गडगिया आले खूह दा सारे उन्हें चाचा आंदे सन। अच्छा अच्छा ओदे पुत्र सन लाल सिंह। ठीक है। अगो ओदे लाल सिंह दे पुत्र हन दो जी, एक तारा सी एक प्यारा सी। वाह जी वाह। ओ प्यारे दी ओही शादी लिबी लिबे बाजू। अच्छा अच्छा। लिबी शादी हुई सी ते ओ जदों जंज आई लवेरिया दे राह च इक नाला आउंदा सी। अच्छा। ओदे विचों इन्ना चिर पता नहीं उन्हें छड्ड कदम हो गई। अच्छा। ओ जिथे साडियां कबरां दी जनाजा है ना, हां ओथे उन्हां दी मंजी तरी ते डोली घट तुर गई। अच्छा। ओ ओथे ही फौत हो। बाबे झंडे सिंह दा पुत्तर। बाबे झंडे दा पोतरा सी। पोतरा सी। जदों बाजारे वड़िया। अच्छा। जदों घर वड़िया फिर डेरे चलिया ते कोई वक्त खत्म हो गए ते अथरू ओहदे अंदर भज्जा दा आ गया। जां ते रूह नहीं करदा ते हुण जाना भी पैंदा घरों दा भी गोरे आले खूह दा सी सोलह फिंडू डामे दा प्यो। अच्छा। वाह जी वाह। ओ चौने चार दा ही बामणा दे। ठीक है। ओ दे पुत्र दा नाम सी नामा। नामा। नामा एक बुढ़ा सी। अच्छा। बाकी ओना पुछिया गंगिया आले गंगिया मैं झंडा सिंह सी एक लब्बा सिंह सी एक दौला सी कतारा सी करतार सिंह सी हाकम सी ए सारे सन उन्हां दा पुत्तर सी। लब्बा सिंह दा मंगल मोटा घुलदा भी सी। अच्छा। तो बाकी खड्डियां सन हजार खड्डियां कपड़ा कुपड़ा बड़ी खड्डी 700 पता कोई शाह वड्डिया दी हवेली सारी खड्डी भरी। अच्छा। अंबरनाथ हर बाणिया ने खड्डी लवाई चलाए उन्हां दा काम करदे कारोबार करदे जदों तुर गए सन 47 च फिर मजदूर कराए बड़े गठा पई सूत्र फिर जलाए दे हथ च आ गई जलाए जानते हैं उन्होंने वास्ते जताया भी जलाया भी रोग है जा मेरे गीत लम्मे ने। अस्सलाम वालेकुम। वालेकुम सलाम। बाबा जी की हाल है? की ना जी अपना? मोहम्मद शरीफ। मोहम्मद शरीफ तुहाडे वाला साहब दा नाम? बुढ़ा। बुढ़ा। ते दादे दा नाम की सी? करम करमदाद। करमदाद। जद्दी जुदाला पिंड दे रहण वाले? जद्दी। अच्छा। केड़ी बरादरी अपनी? घुमण। घुमण जट हो तुसी? ठीक है ठीक है। मैं बाबा जी अज तू दो ढाई साल पहले इस पिंड च आया हाँ बाबे अब्दुल मालिक नाल गलबात कीती तुसी सारे ने वेखी नैट ते है ना सारी गलबात ते कुछ दिन पहले एक स्टोरी अपलोड हुई इंडिया तू जी छनिया पिंड तहसील सूआ जिला हुशियारपुर बाबे सरदार सिंह ने गलबात कीती। अच्छा। 94 साल उन्हां दी उम्र ते जुदाले नूं बड़ा याद करदे हो कह लो कि उन्हां दे जिहड़ी उन्हां दी मोह सी ना अपनी धरती दे नाल ओह मैनूं खिच के लै आई दोबारा तो बड़ा उन्हां दा इश्क सी अपने पिंड जुदाले नाल नाले तुहानूं पता जिथे बंदा जम्मिया पलिया हुंदा वे उहदे बारे ओह जां ओह जिहड़ी जगह वे उत्थों नहीं बंदे नूं भुलदी ते फिर दो या चार दिन पहले तुहाडी गलबात वी हुंदी है। ठीक है जी। ओह मेरी बदकिस्मती मैं नहीं आ सकिया नहीं तो सारियां चीजां रिकॉर्ड हुंदियां की तुहाडे तों पुछदे ने की बाकी दियां गल्लां बाद च करांगे पहले तुसीं इह दसो कि तुहाडी जिहड़ी गलबात होई है बाबे सरदार सिंह नाल घुम्मण नाल ਉਹ ਕੀ ਗੱਲਾਂ ਹੋਈਆਂ? ਉਹ ਜੀ ਗੱਲਾਂ ਇਹ ਹੋਈਆਂ ਹਨ ਉਹਨਾਂ ਦਾ ਇੰਟਰਵਿਊ ਮੈਂ ਸੁਣਿਆ। ਅੱਛਾ। ਉਹਨਾਂ ਆਖਿਆ ਆਂਦਾ ਮੈਂ ਸੰਮੂ ਵਾਲੇ ਖੂਬ ਦਾ ਵਾ ਤੇ ਲੰਬੜ ਸਾਡੇ ਚ ਅਸੀਂ ਉਹਨਾਂ ਚੋ ਬੈਰੇ ਵਾਲਾ ਖੂਬ ਸਾਡਾ। ਅੱਛਾ। ਪਿੱਪਲ ਵਾਲਾ ਖੂਬ। ਬਿਲਕੁਲ ਸਹੀ। ਮੈਂ ਉਹਨੂੰ ਆਖਿਆ ਵੀ ਇਹਦਾ ਨਾਂ ਪੁੱਛ ਪਈਦਾ। ਅੱਛਾ। ਫਿਰ ਉਹਨੇ ਨਾਂ ਪੁੱਛਿਆ ਉਹ ਜਦੋਂ ਸਰਦਾਰ ਸਿੰਘ ਦਾ ਨਾਂ ਲਿਆ ਮੈਂ ਬਿਲਕੁਲ ਠੀਕ ਇਹਨੂੰ ਮੈਂ ਜਾਣ। ਅੱਛਾ ਠੀਕ ਮੈਂ ਵੇਲਾ ਵੇਲੀ ਜਿਹੜਾ ਉਹ ਇਹਦਾ ਤਾਇਆ ਮੰਗਲ ਸਿੰਘ ਜਿਹੜਾ ਉਹ ਚਾਚਾ ਉਹ ਝਾੜੀ ਪੀਂਦਾ ਸੀ। ਹਾਂਜੀ ਠੀਕ ਮੈਂ ਫਿਰ ਉਹਨਾਂ ਨੂੰ ਜਦੋਂ ਮੇਰੀ ਗੱਲਬਾਤ ਹੁਣ ਹੋਣ ਲੱਗੀ ਹੈ ਨਾ ਮੈਂ ਉਹ ਤੁਸੀਂ ਦੱਸਣਾ ਵੀ ਇਹਨਾਂ ਦਾ ਡੇਰਾ ਨਾਰਿਆਂ ਲਿਖਦਾ ਜੀ ਇਹ ਸਾਡੇ ਆਦੀ ਸਨ। ਅੱਛਾ। ਵਡੇਰਿਆਂ ਦੀ ਗੱਲ ਸੁਣਨੇ ਆ। ਠੀਕ ਠੀਕ ਬਾਬਾ ਕਾਸਮ ਹੁੰਦਾ ਸੀ ਬਾਬਾ ਸ਼ੇਰਾ ਹਸਨ ਮੁਹੰਮਦ ਲੰਬੜਦਾਰ ਜੀ ਇਹਨਾਂ ਵਡੇਰਿਆਂ ਦੀ ਵੰਡ ਹੋਈ ਸੀ ਸੰਮੂ ਵਾਲੇ ਖੂਹ ਦਾ ਰਕਬਾ ਸੀ 45 ਕਿੱਲੇ ਉਸ ਖੂਹ ਦਾ ਰਕਬਾ ਸੀ 100 ਕਿੱਲਾ। ਸਹੀ। ਇਹ ਵੰਡ ਹੋਈ ਵੀ ਜਿਹੜਾ ਉੱਥੇ ਜਾਏ 100 ਕਿੱਲਾ ਲੈ ਲੈ ਜਿਹੜੇ ਇੱਥੇ ਰਹੇ 45 ਕਿੱਲੇ ਲੈ ਲੈ
ਇਹ ਫਿਰ ਸਰਦਾਰ ਸਿੰਘ ਵਡੇਰੇ ਜਿਹੜੇ ਹਨ ਇਹ ਉਸ ਡੈਰੇ ਵਾਲੇ ਖੁਦ ਤੁਰ ਗਏ ਨੇ ਸੌਕ ਦੇ ਤੇ ਇਹ ਫਿਰ ਇੱਥੇ ਦਾ ਠੀਕ ਜੀ ਸਹੀ ਬਸ ਫਿਰ ਉਹ ਗੱਲਾਂ ਬਾਤਾਂ ਰਹਿੰਦੇ ਵਿਆਹਾਂ ਸ਼ਾਦੀਆਂ ਦੇ ਵੀ ਜਾਂਦੇ ਰਹੇ ਆ ਅੱਛਾ ਲਵੇਰੀ ਜੰਜੇ ਵੀ ਸਾਡਾ ਮੇਰੇ ਤੋਂ ਵੱਡਾ ਸੀ ਉਹਦਾ ਨਾਂ ਸੀ ਬਸ਼ੀਰ ਉਹਦੀ ਇਹ ਜੰਜੇ ਵੀ ਗਏ ਨੇ ਅੱਛਾ ਹਾਂਜੀ ਠੀਕ ਹੈ ਤੁਹਾਡੇ ਵੱਡੇ ਭਾਈ ਜੰਜੇ ਹਾਂਜੀ ਮੇਰੇ ਵੱਡੇ ਭਾਈ ਠੀਕ ਹੈ ਮਬਦੀਨ ਲੰਬੜ ਸੀ ਲਵੇਰੇ ਵਾਲਾ ਜੀ ਤੇ ਉੱਥੇ ਜੰਜੇ ਵੀ ਗਏ ਨੇ ਮਾਗੀ ਵੀ ਜਾਂਦੇ ਰਹੇ ਨੇ ਵਾਡੀਆਂ ਦੇ ਵਿੱਚ ਰਲ ਮਿਲ ਕੇ ਚੱਲਦੇ ਸਨ ਮਤਲਬ ਪਿਆਰ ਸੀ ਸਾਂਝ ਪਿਆਰ ਸੀ ਬੁਲਾ ਦੀ ਹੈ ਸਰ ਅੱਛਾ ਤੇ ਮੈਂ ਇਹ ਗੱਲ ਕਰ ਸਕਣਾ ਕਿ ਤੁਹਾਡਾ ਜਿਹੜਾ ਪਿਓ ਦਾਦਾ ਸੀ ਉਹਨਾਂ ਦਾ ਪਿਓ ਦਾਦਾ ਉਹ ਭਰਾ ਸਨ ਆਪਸ ਚ ਮਤਲਬ ਕਿ ਗੱਲ ਸੁਣੀ ਠੀਕ ਹੈ ਠੀਕ ਹੋਰ ਕੀ ਪੁੱਛਦਾ ਸੀ ਤੁਹਾਨੂੰ ਬਾਬਾ ਸਰਦਾਰ ਹੋਰ ਇਹ ਪੁੱਛਦਾ ਸੀ ਵੀ ਇੱਕ ਸਰਦਾਰਾ ਹੋਈ ਅੱਛਾ ਉਹ ਕੌਣ ਸੀ ਠੀਕ ਹੈ ਮੈਂ ਮੇਰੇ ਉਹ ਵਕਤ ਖਿਆਲ ਚ ਗੱਲ ਨਹੀਂ ਇਹ ਡੂੰਘੀ ਗੱਲ ਸੀ ਜਿਹੜਾ ਉਹਦੀ ਮੈਂ ਤਹਿਕਾਤ ਕੀਤੀ ਸੀ ਮੈਂ ਫਿਰ ਸਰਦਾਰ ਸਿੰਘ ਨੇ ਨਾ ਉਹ ਮੋਚਲ ਸੀ ਮੋਲੇ ਮੋਚੀ ਦੀ ਘਰਦੀ ਸੀ ਮੋਚੀ ਦੀ ਉਹ ਮਾਂ ਸੀ ਸਰਦਾਰ ਠੀਕ ਹੈ ਸਹੀ ਹੈ ਬਾਕੀ ਇਹਨਾਂ ਪੁੱਛਿਆ ਸੀ ਸਾਡੇ ਬੁਲਾਰੇ ਜੇ ਵੋ ਇਹਨਾਂ ਦਾ ਡੇਰਾ ਜਿਹੜਾ ਨਾ ਅੱਛਾ ਜਦੋਂ ਦਿਹਾੜੇ ਨਿਕਲੇ ਪਿਆਰ ਦਾ ਮਿਲ ਜਾਂਦਾ ਸੀ ਰਾਤ ਦੇ ਵਿਚ ਮੜੀਆਂ ਆਉਂਦੀਆਂ ਜੀ ਜੀ ਹੁਣ ਬਲਗਣ ਵਾਲਾ ਖੂਹ ਖਵਾਉਂਦੇ ਸਨ ਇਹਨਾਂ ਦਾ ਮੈਰੇ ਵਾਲਾ ਸੀ ਜੀ ਉਹ ਜਿਹੜੀ ਆਬਾਦੀ ਹੈ ਇਹਨਾਂ ਦੀਆਂ ਮੜੀਆਂ ਜਿਹੜੀਆਂ ਨੇ ਸਭ ਦੁਕਾਨਾਂ ਬਣ ਗਈਆਂ ਨੇ ਆਬਾਦੀ ਬਣ ਗਈ ਇਹਨਾਂ ਦੇ ਖੂਹ ਦੇ ਡੇਰੇ ਸੀ ਤਾਂ ਤੁਰ ਗਈ ਇਹਨਾਂ ਨੇ ਪੁੱਛਿਆ ਸੀ ਕਿ ਬਾਹਮਣਾ ਚ ਕੋਈ ਉੱਥੇ ਵੀ ਚੁਬਾਰੇ ਪਿਆ ਹੈ ਉੱਥੇ ਵੀ ਆਪਣਾ ਆਬਾਦੀ ਬਣ ਆਬਾਦੀ ਬੜੀ ਵੱਡੀ ਸੱਤ ਰਾਹ ਦੱਸੇ ਹਨ ਸੱਤੇ ਹੀ ਪੱਕੇ ਨੇ ਰੋਕਿਆ ਵਿਛਾੜਾ ਹਾਂ ਹਾਂ ਅੱਛਾ ਚਲੋ ਇਹ ਤੁਸੀਂ ਗੱਲ ਨਾ ਉਹ ਬਾਬੇ ਨੇ ਕਿਹਾ ਕਿ ਜੁਧਾਲੇ ਨੂੰ 8 ਪੇ ਲੱਗਦੇ ਸਨ ਤੇ ਕੋਈ ਐਸਾ ਪਿੰਡ ਨਹੀਂ ਜਿਹਨੂੰ 8 ਪੇ ਲੱਗਦੇ ਸਨ ਇਹ ਤੁਸੀਂ ਹੁਣ ਮੈਨੂੰ ਦੱਸੋ ਕਿ ਜਿਹੜੇ 8 ਪੇ ਨਿਕਲਦੇ ਸਨ ਜੁਧਾਲੇ ਤੋਂ ਉਹ ਕਿਹੜੇ ਕਿਹੜੇ ਪਿੰਡ ਨੂੰ ਟੱਚ ਕਰਦੇ ਉਹ ਇੱਕ ਜਾਂਦਾ ਇਹ ਪੜੋਸੀਆਂ ਨੂੰ ਠੀਕ ਹੈ ਇੱਕ ਰਿਛਾੜੇ ਨੂੰ ਇੱਕ ਰਧਾਮਿਆਂ ਨੂੰ ਕਾਲੂ ਵਾਲੀ ਨੂੰ ਡੁਗਰੀ ਨੂੰ ਸਹੀ ਹੈ ਪੰਜ ਗਰਾਈਆਂ ਨੂੰ ਅੱਛਾ ਇਹਨਾਂ ਪਿੰਡਾਂ ਚੋਂ ਕਿਲੇ ਦੇ ਕਮਾਲੇ ਨੂੰ ਵਾਹ ਜੀ ਵਾਹ ਠੀਕ ਹੈ ਤਾਲਦਾ ਨੂੰ ਅੱਜ ਕੱਲ ਇਹ ਜਿਹੜਾ ਰਾਹ ਜਾਂਦੇ ਸਨ ਸਾਰੇ ਪੱਕੇ ਹੋ ਚੁੱਕੇ ਨੇ ਅੱਛਾ ਅਰਧਾਮਿਆਂ ਜਿਹੜੇ ਜਾਂਦੇ ਉੱਥੇ ਵੀ ਸੋਲ ਲੱਗਿਆ ਨਾਲੇ ਤੇ ਪੁਲ ਬਣੇ ਆ ਅੱਛਾ ਲਵੇਰਿਆਂ ਨੂੰ ਵੀ ਸ਼ਰਕ ਜਾਂਦੀ ਰਾਜ ਪੁਲ ਬਣੇ ਆ ਵਾਹ ਜੀ ਵਾਹ ਕਮਾਲੇ ਨੂੰ ਵੀ ਜਾਂਦੇ ਇੱਕ ਸ਼ਰਕ ਬਾਦਨ ਬਾਜਵੇ ਨਿਕਲਦੀ ਪਸੂਰ ਡਸਕਾ ਤੋਂ ਠੀਕ ਹੈ ਉਹ ਸਿੱਧੀ ਜਾਂਦੀ ਵਡਿਆਲੇ ਵਡਿਆਲੇ ਤੋਂ ਬਾਰਡਰ ਜਾਂਦੀ ਮਤਲਬ ਸਾਧਾਂ ਲਈ ਜੁਧਾਲਾ ਅੱਗੇ ਆ ਗਿਆ ਨੱਥੂ ਕਲੇਰ ਡੁਗਰੀ ਘੁੰਮਣਾ ਨੱਥੂ ਕਲੇਰ ਸੋਲ ਬੜਿਆਣਾ ਪਟਿਆਲਾ ਅੱਗੇ ਆ ਗਿਆ ਚਾਰ ਬਾਜ ਗਿਆ ਅੱਛਾ 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 ਉਹ ਬਾਰਡਰ ਜੀ ਜੀ ਬਿਲਕੁਲ ਬਿਲਕੁਲ ਮਤਲਬ ਉਹ ਜਿਹੜੇ 8 ਪੇ ਸਨ 8 ਰਸਤੇ ਸਨ ਜਿਹੜੇ 8 ਰਾਹ ਲੱਗਦੇ ਸਨ ਉਹ ਅੱਜ ਵੀ ਕਾਇਮ ਨੇ ਪੱਕੇ ਹੋ ਗਏ ਪੱਕੇ ਹੋ ਗਏ ਸੋਲ ਲੱਗੇ ਨੇ ਦੁਨੀਆ ਠੀਕ ਅਗਰ ਇੱਕ ਰਾਹ ਜਿਹੜਾ ਜਾਂਦਾ ਸੀ ਬਾਬਾ ਲਖਨ ਵਿਛਾੜੇ ਅੱਛਾ ਉਹਦਾ ਰਸਤੇ ਦੇ ਵਿਚ ਬੋਰ ਸਾਡੇ ਦਾਰਾ ਸੀ ਉਥੋਂ ਦੀ ਪਿਆਰ ਨਿਕਲਦੇ ਸ਼ੇਰੇ ਵਾਲੇ ਖੂਹ ਤੋਂ ਜੀ ਜੀ ਉੱਥੇ ਅੱਗੇ ਸਿਓ ਬੇਰੀ ਸੀ ਉੱਥੇ ਬੇਰਾ ਤੋਂ ਬੜੀ ਵਾਰੀ ਲੜੇ ਆ ਅੱਛਾ ਛੋਟੇ ਹੁੰਦੇ ਲੜਦੇ ਹੁੰਦੇ ਬੇਰ ਤੋਂ ਬੇਰੇ ਲੈ ਗਏ ਇੱਥੋਂ ਬੇਰੇ ਲੈ ਗਏ ਸਹੀ ਸਹੀ ਉਹ ਰਾਹ ਜਾਂਦਾ ਸੀ ਉਹ ਵੀ ਹੁਣ ਜਿਹੜਾ ਰਾਹ ਜਾਂਦਾ ਇਸਤੇਮਾਲ ਫਿਰਦੀ ਨਵੀਂ ਹੋ ਗਈ ਛੱਬ ਵਾਲੇ ਖੂਹ ਨੂੰ ਇਹਨਾਂ ਦੇ ਗਈਆਂ ਰਾਹ ਅੱਗੇ ਪੁੜੀਆਂ ਬਣ ਕੇ ਉਹ ਵੀ ਸੋਲਗ ਲੱਗ ਗਿਆ ਰਿਛਾੜੇ ਤੱਕ ਪੱਕਾ ਅੱਜ ਤੱਕ ਵੀ ਉਹ ਕਾਇਮ ਹੈ ਰਿਛਾੜੇ ਦਾ ਬਾਵਾ ਲੱਖਣ ਜੀ 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 ਮੇਲਾ ਲੱਗਦਾ ਬੜਾ ਵੱਡਾ ਠੀਕ 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 ਬਾਬਾ ਜੀ ਬਾਬੇ ਨੇ ਦੱਸਿਆ ਕਿ ਜੁਧਾਲਾ ਪਿੰਡ ਬੜਾ ਵੱਡਾ ਨਗਰ ਸੀ ਬੜਾ ਵੱਡਾ ਪਿੰਡ ਸੀ ਇਸ ਇਲਾਕੇ ਦਾ ਇਸ ਖੇਤਰ ਦਾ ਤੇ ਪੰਜ ਨੰਬਰਦਾਰ ਉਹਨਾਂ ਨੇ ਦੱਸੇ ਕਿਆ ਪੰਜ ਨੰਬਰਦਾਰ ਹੀ ਸਨ ਠੀਕ ਹੈ ਤੁਹਾਨੂੰ ਨਾਂ ਚੇਤੇ ਨੇ ਨੰਬਰਦਾਰਾਂ ਦੇ ਜੋ ਜਿਹੜੇ ਚੇਤੇ ਨੇ ਉਹ ਮੈਂ ਦੱਸਾਂਗਾ ਅੱਛਾ ਤੇ ਜਿਹੜਾ ਅੱਲਾ ਤਲ ਲੰਬੜ ਦਾ ਪਿਓ ਸੀ ਹਸਨ ਅਹਿਮਦ ਹਾਂ ਆਲਾ ਲੰਬੜਦਾਰ ਸੀ ਅੱਧੇ ਪਿੰਡ ਦਾ ਲੰਬੜਦਾਰ ਅੱਛਾ ਜੀ ਠੀਕ ਹੈ ਇੱਕ ਨੱਥੂ ਲੰਬੜਦਾਰ ਬਿਲਕੁਲ ਅੱਛਾ ਇੱਕ ਕਿਰਪਾ ਸਿੰਘ ਜੀ ਠੀਕ ਇੱਕ ਸ਼ੇਰ ਸਿੰਘ ਲੰਬੜਦਾਰ ਸੀ ਅੱਛਾ ਪੰਜਵੇਂ ਦਾ ਮੈਨੂੰ ਯਾਦ ਨਹੀਂ ਠੀਕ ਇੱਕ ਬੂਟਾ ਸਿੰਘ ਇੱਕ ਬੂਟਾ ਸਿੰਘ ਉਹਨਾਂ ਨੇ ਦੱਸਿਆ ਠੀਕ ਉਹ ਚਾਰ ਨੰਬਰਦਾਰਾਂ ਦੇ ਨਾਂ ਦੱਸ ਕੇ ਇੱਕ ਉਹਨਾਂ ਨੇ ਦੱਸਿਆ ਕਿਰਪਾ ਸਿੰਘ ਬੂਟਾ ਸਿੰਘ ਅੱਲਾ ਦਿੱਤਾ ਤੇ ਨੱਥੂ ਨੰਬਰਦਾਰ ਸ਼ੇਰ ਸਿੰਘ ਤੁਸੀਂ ਦੱਸਿਆ ਸ਼ੇਰ ਸਿੰਘ ਠੀਕ ਹੈ ਨਾ ਪੰਜ ਹੋ ਗਏ ਪੰਜ ਠੀਕ ਇੱਕ ਨਾਂ ਤੁਹਾਡੇ ਜ਼ਿਹਨ ਚ ਨਹੀਂ ਰਿਹਾ ਜਿਹੜਾ ਨਹੀਂ ਰਿਹਾ ਉਧਰ ਪਤਾ ਲੱਗ ਗਿਆ ਪੰਜ ਨੰਬਰ ਆਪਣਾ ਨੰਬਰਦਾਰ ਪੂਰੇ ਹੋ ਗਏ ਜੁਧਾਲਾ ਪਿੰਡ ਦੇ ਤੇ ਉਂਜ ਸੱਤ ਪੱਤੀਆਂ ਸਨ ਸੱਤ ਪੱਤੀਆਂ ਠੀਕ ਬੜਾ ਤਗੜਾ ਪਿੰਡ ਸੀ ਠੀਕ
बाबे का कहना वे अराई भी वसदे सन खत्री भी वसदे सन उन्हें क्या सारी बरात वसद साई भी वसदे सन दुराले भी वसदे मोची भी जिथे इन्हों का घर है हां ये गली खुआदी है मोची ते बरवाले दी अच्छा खार दिन हां हाजी ठीक मशहूर बंदे बाबे पुराने बंदा चौकीदार खार दिन सी अच्छा ओदे पुत्र साडा ओ फौत हो गया पते नु जानदे ने पता ही फौत हो गया अच्छा अच्छा अगो मियां अकरम सी ओ भी फौत हो गया मियां नजीर ओदा भरा सी ओ भी फौत हो गया मियां ता सी ओ जादे तो गोली देंदा ते बंदा मर जांदा सी ओ भी ओ नु पता है मतलब बंदे मारदा सी बंदे ठीक नहीं करदा पकेड़ा बन गया अच्छा अच्छा बंदे मार ठीक 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 सही है चलो वधिया हो गया वधिया हो गया बाबा जी बाबा कहंदा सरकारी स्कूल भी सी डाखाना तो है ही है हस्पताल भी सी इस तरह ही गल तस्दीक सरकारी स्कूल उस वक्त पांच जमाता बिलकुल सही पांचवा मास्टर जरा वड्डा अमरनाथ सी अच्छा मास्टर अमरनाथ मास्टर अमरनाथ अमरनाथ पढ़ाता सी ठीक है छोड़ एक मास्टर तारदा तो अल्लाह लोक अच्छा एक वेदी राम आता रिछाड़े तो अच्छा अच्छा ठीक है एक शेर सिंह मास्टर शेर बड़े खतरी सी या कौन सी एक वो सी अच्छा एक वो सी पांच पांच मास्टर ठीक तुसी स्कूल पढ़े नहीं अच्छा ठीक है मतलब कि पाकिस्तान बनने पहले स्कूल नहीं गए बाद में नहीं ऐसी है नहीं वो ऐसी वो पता चल गया वो जिम्मेदारी का काम से छोटे सा तो फिर ये गाड़ी वाओ प्राणियां पाल लो सही है ये तो पंजाब सरदार सिंह अच्छा जे तुसी अपना जिस गली घर सी इन्हां दा बाबे सरदार सिंह दा तुसी दस्सिया को गली खवांदी सी मोचियां दी बरवाले वाली गली है ना ओ इन्हां दा पुराना घर ते नहीं रहा आना क्योंकि पौनी सदी पुराने घर दा मेनू याद नहीं इन्हां दा एक मेनू याद है कि जदों झाड़ी आला मंगल सिंह निकलदा सी चाचा इन्हां दा हां ओ निकलदा है मोचिया दे पछवाड़े अगे बरवालिया दे नाल घर सी अगे हुंदा ही एक बाबा खेड़ा अच्छा घुमार सी ओह हिंदू घुमार सी अच्छा अच्छा ओह टिंडा बनांदा देखो ओह बखेड़े बड़े करदे उहदे कोल बह के जांदे हुंदे सन ओह भी इन्हां दी गली सी बाकी घर जिहड़े ने इन्हां दे पिपराई खूई होणगे मैनूं कोई ज्यादा याद नहीं ठीक है इत्थे ही सन सही सही अच्छा एक उन्होंने दसिया कि मंदिर भी सी बड़ा वड्डा मंदिर ही तो छत ते कोई 200 मंजी डाई जांदी है गल ठीक है वाकई है बिल्कुल सही है ओ पिंड दी केड़ी बाई सी मंदिर ओ पिंड दी इन्हां दे खूह वाली राह दे विच तला दे उत्ते हां तला दे उत्ते मंदिर सी इन्हां दा ठीक है ते अजे भी उन्हां दा जेड़ा वे ना मंपी अच्छा अच्छा कायम है ठीक है ते दूजी आबादी हो गई बंद कर मार नहीं दूजी आबादी हो गई ठीक है ठीक अच्छा अच्छा ओ तुसी दस्या कुछ मंदिर दी जेड़ी पुरानी निशानी सी ओए कोई नहीं कोई नहीं बच्चा जो ओ मंदिर दी जेड़ी पुरानी निशानी सी गुंबट जेड़ा हुंदा गुंबट उत्ते लगा हुंदा ओ है अच्छा ओ निशानी है ठीक ठीक है ते मंदिर ते हुन नहीं मतलब कि ओ जगह जेड़ी है अच्छा ओदे चार छपेरे ओ आबादी रह छाने मकान छपेरे ठीक 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 जुदाला पहले बहुत वड्डा सी ते हुन होर जुदाला वड्डा हो गया हुन ते बहुत वड्डा कस्बा जुदाला जनाब जिन्ना है सी ओदू ज्यादा हो गया खिलर गया रामा दे रिछाड़े वाले भी खिलर गया इन्हां दे खूह छंभ वाला सी देखा था लाल सिंह बारिया ओदे पुत्तर कोल दे हां उत्तर जिहड़ा राज जांदा उत्तर भी खिलर गया सही सही ए साधारण जिहड़ी सड़कां दी उत्तर भी खिलर गया हां इधर जा डुगरी घुमणा ना मिलया ज्यादा डुगरी भी खिलर गया पक्की सड़क ते रशा हो गई ते ज्यादा तौर अरधाम वाले राह ते इन्हां दे डेरे वाल खिलरिया ठीक है इन्हां डेरे उत्ते पूरा जिन्ना जधाला सी ओदू ज्यादा खिलर गया और नथू लंबड़ दा जिहड़ा डेरा सी जी जी ਨੱਥੂ ਲੰਬੜ ਦਾ ਜਿਹੜਾ ਪੁੱਛਦੇ ਹਨ ਹਾਂਜੀ ਹਾਂਜੀ ਉਹਦੀ ਜਿੰਨੀ ਜ਼ਮੀਨ ਰਕਬਾ ਹਸਪਤਾਲ ਦਾ ਦੁਆਲਾ ਪਿੰਡੋ ਤਰ ਸਭ ਬੱਲ ਛੱਤੇ ਸਭ ਆਬਾਦੀ ਚ ਆ ਗਏ ਠੀਕ ਉਹ ਤੋਂ ਅੱਗੇ ਛੜਕੇ ਉੱਥੇ ਸਕੂਲ ਬਣਿਆ ਤਸਵੀਰਾਂ ਮੁੰਡਿਆਂ ਦਾ ਜੀ ਠੀਕ ਇੱਕ
ਡਾਕਟਰ ਡੰਗਰਾਂ ਦਾ। ਅੱਛਾ ਹਾਂਜੀ ਠੀਕ ਹੈ, ਉਹ ਬਣ ਗਿਆ। ਇੱਕ ਬਾਬਾ ਜੀ ਇਹਨਾਂ ਨੇ ਹੋਰ ਨਾਂ ਲਿਆ ਸੀ, ਇੱਕ ਬੜਾ ਵੱਡਾ ਬੰਦਾ ਸੀ ਪਿੰਡ ਜੁਧਾਲੇ ਦਾ, ਝੰਡਾ ਸਿੰਘ। ਬਾਬਾ ਝੰਡਾ ਸਿੰਘ ਸੀ ਜੀ ਗੰਡੀਆਂ ਵਾਲੇ ਖੂਹ ਦਾ, ਸਾਰੇ ਉਹ ਚਾਚਾ ਆਉਂਦੇ ਸਨ। ਅੱਛਾ ਅੱਛਾ। ਉਹਦੇ ਪੁੱਤਰ ਸਨ ਲਾਲ ਸਿੰਘ, ਠੀਕ ਹੈ। ਅੱਗੋ ਉਹਦੇ ਲਾਲ ਸਿੰਘ ਦੇ ਪੁੱਤਰ ਸਨ ਦੋ ਜੀ, ਇੱਕ ਤਾਰਾ ਸੀ ਇੱਕ ਪਿਆਰਾ ਸੀ। ਵਾਹ ਜੀ ਵਾਹ। ਉਹ ਪਿਆਰੇ ਦੀ ਉਹੀ ਸ਼ਾਦੀ ਲਿਬੀ, ਉਹ ਲਿਬੇ ਬਾਜੂ। ਅੱਛਾ ਅੱਛਾ। ਲਿਬੀ ਸ਼ਾਦੀ ਹੋਈ ਸੀ ਤੇ ਉਹ ਜਦੋਂ ਜੰਜ ਆਈਏ ਲਵੇਰਿਆ ਦੇ ਰਾਹ ਚ ਇੱਕ ਨਾਲਾ ਆਉਂਦਾ ਸੀ, ਉਹਦੇ ਵਿਚੋਂ ਇੰਨਾ ਚਿਰ ਪਤਾ ਨੀ ਉਹਨੂੰ ਛੱਡ ਕਦਮ ਹੋ ਗਈ। ਅੱਛਾ। ਉਹ ਜਿੱਥੇ ਸਾਡੀਆਂ ਕਬਰਾਂ ਦੀ ਜਨਾਜ ਗਾਏ ਨਾ, ਹਾਂ, ਉੱਥੇ ਉਹਨਾਂ ਦੀ ਮੰਜੀ ਤਰੀ ਤੇ ਡੋਲੀ ਘੱਟ ਤੁਰ ਗਈ। ਅੱਛਾ। ਉਹ ਉੱਥੇ ਹੀ ਫੌਤ ਹੋ। ਬਾਬੇ ਝੰਡੇ ਸਿੰਘ ਦਾ ਪੁੱਤਰ, ਬਾਬੇ ਝੰਡੇ ਦਾ ਪੋਤਰਾ ਸੀ, ਪੋਤਰਾ ਸੀ, ਵਿਆਹ ਕੇ ਜਿਹੜਾ ਲਿਆ ਰਿਹਾ। ਅੱਛਾ। ਯਾਨ ਹੋ ਸਕਦਾ ਕੋਈ ਸੱਪ ਲੜ ਗਿਆ ਜਿਸ ਤਰ੍ਹਾਂ ਦੀ ਕੋਈ? ਹਾਂ, ਕੋਈ ਕੋਈ। ਅੱਛਾ ਅੱਛਾ ਅੱਛਾ। ਉਂਝ ਜਿਹੜਾ ਬਾਬਾ ਝੰਡਾ ਸਿੰਘ ਸੀ ਤੇ ਤੁਸੀਂ ਸਾਰਾ ਪਿੰਡ ਨੂੰ ਚਾਚਾ ਹੀ ਕਰਕੇ ਕਹਿੰਦੇ? ਬੰਦਾ ਚੰਗਾ ਸੀ, ਵਧੀਆ ਸੀ ਬੰਦਾ, ਠੀਕ ਸੀ, ਭੰਡਾ ਭਾਲਾ ਮਾਲ ਸੀ, ਜਾਨਦਾਰ ਬੰਦਾ ਸੀ। ਠੀਕ ਹੈ ਠੀਕ। ਅੱਛਾ ਬਾਬਾ ਜੀ, ਇੱਕ ਹੋਰ ਬਾਬੇ ਸਰਦਾਰ ਨੇ ਕਿਹਾ ਕਿ ਸਾਡੇ ਮਹੱਲੇ ਜਿਹੜੇ ਜਿੱਥੇ ਸਾਡਾ ਘਰ ਸੀ ਨਾ, ਉਸ ਮਹੱਲੇ ਦੇ ਵਿੱਚ ਇੱਕ ਗੁਜਰਾਂ ਦਾ ਘਰ ਸੀ, ਪੀਰਾਂ ਦਿੱਤਾ। ਅੱਛਾ, ਹੈ ਸੀ? ਹਾਂ, ਪੀਰਾਂ ਦਿੱਤਾ। ਗੁਜਰ ਜਿਹੜਾ ਸੀ ਨਾ, ਉਹਦਾ ਨਾਮੋ ਨਿਸ਼ਾਨ ਹੀ ਮਿਟ ਗਿਆ। ਓਏ ਓਏ। ਅੱਛਾ, ਫੋਤ ਹੋ ਗਿਆ, ਨਸਲ ਹੀ ਗੁੰਮ ਹੋ ਗਈ, ਨਸਲ ਹੀ ਫੋਤ ਹੋ ਗਈ। ਠੀਕ ਠੀਕ। ਬਾਬੇ ਨੂੰ ਇਹ ਵੀ ਪਤਾ ਕਿ ਉਹਦੀ ਭੈਣ ਇੱਕ ਸ਼ਰੀਫਾਂ ਸੀ ਤੇ ਮਾਂ ਉਹਦੀ ਗੂੰਗੀ, ਉਹ ਖਤਮ ਹੋ ਗਿਆ। ਅੱਛਾ ਅੱਛਾ ਅੱਛਾ, ਮਤਲਬ ਨਸਲ ਹੀ ਮੁੱਕ ਗਈ ਹੈ ਨਾ। ਬਾਕੀ ਬਾਬੇ ਨੇ ਦੱਸਿਆ ਕਿ ਪੈਲੀ ਚੜ ਦੇ ਪਾਸੇ ਸੀ, ਠੀਕ ਹੈ, ਖੂਹ ਦਾ ਨਾਂ ਤੁਸੀਂ ਦੱਸ ਛੜਿਆ ਆਲਰੇਡੀ ਮੇਰੇ ਬਗੈਰ ਪੁੱਛਣ ਤੋਂ ਹੀ, ਮੈਰੇ ਵਾਲਾ ਤੇ ਪਿੱਪਲ ਵਾਲਾ ਕਰਕੇ ਖੂਹ ਉਹਨਾਂ ਦਾ ਖਵਾਉਂਦਾ ਸੀ, ਠੀਕ। ਜੁਧਾਲੇ ਦਾ ਮੈਨੂੰ ਪਤਾ ਵੇ ਘੁੰਮਣਾ ਦਾ ਸੀ, ਉਹ ਤੁਹਾਡੇ ਵਰਗੇ ਬਜ਼ੁਰਗਾਂ ਤੋਂ ਮੈਨੂੰ ਪਤਾ ਚੱਲਿਆ ਵੀ ਮੈਂ ਕਿਹੜਾ ਕੋਰਸ ਵੇਲ ਰਛਾੜਾ ਘੁੰਮਣਾ ਦਾ, ਡੁਗਰੀ ਘੁੰਮਣਾ ਦਾ, ਇਹਦੇ ਤੋਂ ਇਲਾਵਾ ਮੈਨੂੰ ਦੱਸੋ ਕਿ ਇਸ ਇਲਾਕੇ ਚ ਇਸ ਖੇਤਰ ਵਿਚ ਘੁੰਮਣਾ ਦੇ ਪਿੰਡ ਕਿੰਨੇ ਨੇ? ਘੁੰਮਣਾ ਦੇ ਪਿੰਡ ਕਿਹੜੇ ਨੇ? ਅੱਛਾ, ਇਹ ਸਾਡੇ ਘੁੰਮਣਾ ਦੇ ਪਿੰਡ ਜਿਹੜੇ ਨੇ, ਤਾਲ ਵਾਲੀ ਵੀ ਘੁੰਮਣਾ ਜੀ ਜੀ, ਤਾਲਡ, ਅੱਛਾ, ਕਾਲੂ ਵਾਲੀ, ਠੀਕ, ਜੁਧਾਲਾ ਗਿਆ ਆ ਗਿਆ, ਕਮਾਲਾ ਗਿਆ ਆ ਗਿਆ, ਡੁਗਰੀ ਆ ਗਈ, ਪੰਜ ਗ੍ਰਹੀਆਂ ਆ ਗਿਆ, ਰਿਛਾੜਾ ਆ ਗਿਆ। ਅੱਛਾ, ਅੱਗੇ ਫੇਰ ਪੜਤਾਲੀ ਨੂੰ ਜਾਂਦੇ। ਅੱਛਾ, ਪੜਤਾਲੀ ਅੱਗੇ ਫੇਰ ਕੁਝ ਖਰੋਜਾਰ, ਪੜਤਾਲੀ ਅੱਗੇ ਫੇਰ ਤੱਪਾ ਆਉਂਦਾ ਕੁਛ ਚੀਮਿਆਂ ਦਾ, ਸੌ ਵਾਲਾ ਚੀਮਿਆਂ ਦਾ, ਜੀ ਜੀ ਜੀ, ਆਪਣਾ ਭੋਪਾਲ ਵਾਲਾ ਚੀਮਿਆਂ ਦਾ, ਬਿਲਕੁਲ ਬਿਲਕੁਲ। ਅੱਗੇ ਫੇਰ ਨਾ ਕਦੇ ਘੁੰਮਣ ਤੋਰ ਪੈਦੇ ਸੰਭੜਿਆ ਮੁੰਡੇ, ਅੱਗੋਂ ਫੇਰ ਬੇਲੇ ਸੀ ਤਾਂ ਦਰਿਆ ਦੇ ਕੱਢੇ ਸੀ ਤਾਂ ਘੁੰਮਣ ਹੀ ਜਾਣ, ਬਿਲਕੁਲ ਬਿਲਕੁਲ ਬਿਲਕੁਲ, ਉਹ ਚਾਰ ਬਾਰਾਂ ਪਿੰਡ ਘੁੰਮਣ। ਜੀ 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 ਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਬਹਾਦਰ ਸਿੰਘ ਜਿਹੜਾ ਨਾ, ਅੱਛਾ, ਉਹ ਛਾਂਬੜੇ ਖੂਹ ਦਾ ਸੀ। ਅੱਛਾ, ਸ਼ੇਰਿਆਂ ਦੇ ਖੂਹ ਤੇ ਉਹਦਾ ਚੌਥੀ ਸੀ ਬਰੀ ਸੀ ਜ਼ਮੀਨ। ਅੱਛਾ, ਉਹਦਾ ਪੁੱਤਰ ਸੀ ਇੱਕ ਮੁਲਖਾ ਪਿਛਲਾ। ਅੱਛਾ, ਤੇ ਜਿਹੜੇ ਸਨ ਉਹਦੇ ਵਿਚੋਂ ਪਰ ਉਹਦੇ ਚਾਰ ਸਨ ਜਾਂ ਤਰੇ ਸਨ, ਉਹਨਾਂ ਦੇ ਵਿਚੋਂ ਇੱਕ ਕਰਨੈਲ ਸਿੰਘ ਨੂੰ ਜਾਣ। ਅੱਛਾ, ਇੱਥੇ ਕੌਲਾ ਕੌਲਾ ਸੀ ਤੇ ਉੱਥੇ ਜਾ ਕੇ ਕਰਨੈਲ ਸਿੰਘ ਹੋ ਗਿਆ, ਉਹ ਇੱਥੇ ਆਇਆ ਵੀ ਅਸੀਂ ਪਿੰਡ ਵੇਖ ਕੇ ਗਿਆ, ਘਰ ਆਪਣਾ ਵੇਖ ਕੇ ਗਿਆ। ਅੱਛਾ, ਹਾਂਜੀ ਠੀਕ। ਉੱਥੇ ਉਹ ਕਰਨੈਲ ਸਿੰਘ ਬਣਿਆ, ਮੈਂ ਡਿਊਟੀ ਵੀ ਕੀਤੀ ਹੈ, ਹੁਣ ਮੈਂ ਰਿਟਾਇਰ ਹੋ ਗਿਆ, ਆਹਦਾ ਹੀ ਪਿਆ, ਫੇਰ ਆਵਾਂਗਾ ਅੰਮਾ ਨੂੰ ਲੈ ਕੇ, ਫੇਰ ਆਇਆ ਨਹੀਂ, ਫੇਰ ਆਇਆ ਨਹੀਂ। ਕਰਨੈਲ ਸਿੰਘ ਜਿਹੜਾ ਵੇ ਪਾਕਿਸਤਾਨ ਬਣਨ ਤੋਂ ਕਿੰਨਾ ਚਿਰ ਬਾਅਦ ਜਾਂਦਾ ਵੇ? ਇਹ ਉੱਥੇ ਜਾਏ, ਨਹੀਂ ਨਹੀਂ, ਇੱਥੇ ਜੁਧਾਲਾ, ਇੱਥੇ ਛੋਟਾ ਹੀ ਪੜਦਾ ਹੀ ਤੀਸਰੀ ਚ। ਅੱਛਾ, ਤੇ ਇੱਥੋਂ ਤੁਰ ਜਾਂਦਾ ਜੁਧਾਲੇ, ਇੱਥੋਂ ਤੁਰ ਵਾਪਸ ਜਦੋਂ ਆਪਣਾ ਪਿੰਡ ਵੇਖਣ ਆਉਂਦਾ ਵੇ, ਵੇਖਣ ਆਇਆ, ਉਹ ਦਸੀ ਸਾਲ ਹੀ ਆਇਆ, ਪਰ ਬਾਅਦ ਚ ਪੰਦਰੀ ਵੀਹ ਦੋ ਤਰੂ ਸਾਲਾਂ ਦੀ ਗੱਲ, ਚੌਥਾ ਸਾਲ ਹੋ ਗਿਆ, ਵਡੇਰਾ ਆਇਆ ਹੋਏਗਾ ਕਿ ਨਹੀਂ? ਨਹੀਂ, ਹਾਂ, ਠੀਕ ਠਾਕ ਸੀ। ਕੀ ਆ ਕੇ ਗੱਲਾਂ ਕਰਦਾ ਸੀ ਤੁਹਾਡੇ ਨਾਲ? ਜਦੋਂ ਰੋਂਦਾ ਸੀ, ਜਦੋਂ ਬਾਜ਼ਾਰੇ ਵੜਿਆ, ਅੱਛਾ, ਜਦੋਂ ਘਰ ਵੜਿਆ, ਫਿਰ ਡੇਰੇ ਚੱਲਿਆ ਤੇ ਕੋਈ ਵਕਤ ਖਤਮ ਹੋ ਗਏ ਤੇ ਅਥਰੂ ਉਹਦੇ ਅੰਦਰ ਭੱਜਿਆ ਦਾ ਆ ਗਿਆ, ਜਾਂ ਤੇ ਰੂਹ ਨਹੀਂ ਕਰਦਾ, ਤੇ ਹੁਣ ਜਾਣਾ ਵੀ ਪੈਂਦਾ, ਰੋਂਦਾ ਸੀ, ਰੋਂਦਾ ਸੀ, ਹਾਂਜੀ ਠੀਕ। ਉਹ ਬਹਾਦਰ ਸਿੰਘ ਦਾ ਪੁੱਤਰ, ਇੱਕ ਉਹਨਾਂ ਹੋਰ ਵੀ ਦੁੱਖ ਪੁੱਛਿਆ। ਅੱਛਾ ਜੀ, ਇੱਕ ਗੋਰੇ ਵਾਲੇ ਖੂਹ ਦਾ ਸੀ, ਸੋਹਣਾ ਫਿੱਡੂ ਡਾਂਵੇ ਦਾ ਪਿਓ। ਅੱਛਾ, ਵਾਹ ਜੀ ਵਾਹ। ਉਹ ਚੌਣੇ ਚਾਰ ਦਾ ਹੀ ਬਾਹਮਣਾ ਦੇ, ਠੀਕ ਸਹੀ। ਉਹਦੇ ਪੁੱਤਰ ਦਾ ਨਾਂ ਸੀ ਨਾਮਾ, ਨਾਮਾ ਨਾਮਾ, ਇੱਕ ਬੁੱਢਾ ਸੀ। ਅੱਛਾ, ਤੇ ਬਾਕੀ ਉਹਨੇ ਪੁੱਛਿਆ ਗੰਗੀਆਂ ਵਾਲੇ, ਗੰਗੀਆਂ ਵਾਲੇ ਮੈਂ
ਝੰਡਾ ਸਿੰਘ ਸੀ, ਇੱਕ ਲੱਭਾ ਸਿੰਘ ਸੀ, ਇੱਕ ਦੌਲਾ ਸੀ, ਕਰਤਾਰਾ ਸੀ, ਕਰਤਾਰ ਸਿੰਘ ਸੀ, ਹਾਕਮ ਸੀ, ਇਹ ਸਾਰੇ ਸੈਣਿਆਂ ਦਾ ਪੁੱਤ ਸੀ। ਲੱਭਾ ਸਿੰਘ ਦਾ ਮੰਗਲ ਮੋਟਾ ਘੋਲਦਾ ਵੀ ਸੀ। ਅੱਛਾ, ਅੱਗੇ ਫਿਰ ਆ ਗਿਆ ਛਾਂਬਲ ਖੂਹ, ਠੀਕ ਹੈ, ਉੱਥੇ ਸੀ ਲਾਲ ਬਾਰੀਆ ਅੰਬਰ ਸਿੰਘ ਦੇ ਪਿਓ ਦਾ ਨਾਮ, ਘੋਲਦਾ ਬੜਾ ਸੀਗਾ, ਉਹਦੇ ਪੁੱਤਰ ਸਨ ਤੇਜ, ਅੱਛਾ, ਲਾਲ ਸਿੰਘ ਬਾਰੀ, ਠੀਕ ਹੈ, ਉਹਦੇ ਪੁੱਤਰ ਤਿੰਨ ਸਨ, ਬੂਟਾ, ਬੂਟਾ ਸਿੰਘ, ਬਚਨਾ, ਅੰਬਰ ਸਿੰਘ, ਤਰਾਵੇ ਘੁਲਦੇ ਸਨ। ਤੇ ਜਿਹੜਾ ਅੰਬਰ ਜਿਹੜਾ ਛੋਟਾ ਸੀ ਉਹ ਬਹੁਤ ਸੁਸਰਾ ਘੁਲਦਾ, ਅੱਛਾ, ਉਹਨੇ ਇੱਕ ਬਣ ਦਾ ਭਲਵਾ ਸੀ, ਉਹ ਤਾਂ ਨੱਕੋ ਮੂੰਹ ਛਡਾਉਣਾ, ਅੱਜ ਕੱਲ੍ਹ ਚਾਹਦੇ ਨੇ ਜੋ ਤਾਂ ਨੱਕ ਸੱਟਣ ਲੱਗ ਗਈ ਨਹੀਂ ਸਕ। ਅੱਛਾ, ਤੁਸੀਂ ਪੁੱਛਿਆ ਬਾਬੇ ਸਰਦਾਰ ਨੂੰ ਕੋਈ ਭਲਵਾ ਸਾਡੇ ਨਾਲ? ਅੱਛਾ ਅੱਛਾ, ਬਾਬਾ ਟਹਿਲਾ ਜਿਹੜਾ ਟਹਿਲਾ ਸਿੰਘ ਖੂਹ ਦਾ ਸੀ, ਬਾਬੇ ਟਹਿਲ ਸਿੰਘ ਦੀ ਗੱਲ ਆਈ, ਟਹਿਲਾ ਟਹਿਲ ਸਿੰਘ ਹੋ ਗਏ ਜੀ ਜੀ ਜੀ, ਉਹ ਤੁਹਾਡੇ ਮਹਾਨ ਦੇ ਨਾਮ ਜਿਹੜੇ ਹੁੰਦੇ ਨੇ ਆਪਣਾ, ਠੀਕ ਹੈ, ਇਹ ਵੀ ਉਸੇ ਖੂਹ ਦਾ ਬਾਬੇ ਝੱਟੇ ਸਿੰਘ ਦੇ, ਠੀਕ ਹੈ। ਬਾਬੇ ਟਹਿਲ ਸਿੰਘ ਦੀ ਮੈਂ ਤੁਹਾਡੇ ਨਾਲ ਗੱਲ ਕਰਨਾ ਵਾ, ਪਹਿਲੇ ਮੈਨੂੰ ਇਹ ਦੱਸੋ ਜਿਹੜਾ ਉਹ ਕਰਨੈਲ ਸਿੰਘ ਆਇਆ ਆਪਣਾ ਪਿੰਡ ਵੇਖਣ, ਉਹ ਤੁਹਾਨੂੰ ਦੱਸਦਾ ਸੀ ਅਸੀਂ ਪਿੱਛੇ ਜਾ ਕੇ ਹੁਸ਼ਿਆਰਪੁਰ ਬੈਠੇ ਆ, ਅੰਮ੍ਰਿਤਸਰ ਬੈਠੇ ਆ, ਗੁਰਦਾਸਪੁਰ ਬੈਠੇ, ਦੱਸਿਆ ਪਿੰਡ ਨਾ ਨੀ, ਚੇਤਾ ਨੀ ਰਿਹਾ, ਚੇਤਾ ਨੀ ਰਿਹਾ, ਉਹਨੇ ਦੱਸਿਆ ਪਿੰਡ ਤੋਂ ਆਂਦਾ ਅਸੀਂ ਘੁੰਮਣ ਗਿਆ ਉੱਥੇ, ਸਾਡਾ ਉਹ ਪਿੰਡ ਦਾ ਨਾਮ ਜਿਤਾਲਾ ਰੱਖਿਆ। ਅੱਛਾ, ਵਾਹ ਜੀ ਵਾਹ, ਠੀਕ ਹੈ। ਅੱਛਾ, ਬਾਬੇ ਸਰਦਾਰ ਨੇ ਹੋਰ ਤੁਸੀਂ ਤੁਹਾਡੇ ਨਾਲ ਕੀ ਗੱਲਾਂ ਕੀਤੀਆਂ? ਤੁਸੀਂ ਕੁਛ ਉਹਨਾਂ ਨੂੰ ਪੁੱਛਿਆ ਬਾਬੇ ਸਰਦਾਰ ਨੂੰ ਯਾਰ ਬਾਕੀ ਜਿਹੜੇ ਘੁੰਮਣ? ਸਰਦਾਰ ਨੇ ਜਿਹੜੀ ਜਿਹੜੀ ਗੱਲ ਪੁੱਛੀ ਉਹ ਮੈਨੂੰ ਦੱਸ ਛੱਡੀ, ਜਿਹੜੇ ਮੇਰੇ ਚੇਤੇ ਚ ਨਹੀਂ ਉਹ ਮੈਂ ਦੱਸ ਲਿਆ। ਇੱਕ ਪੁੱਛਿਆ ਨੇ ਸਾਡੇ ਡੇਰੇ ਦੇ ਨਾਲ ਬਾਹਮਣਾਂ ਦੀ ਖੂਹੀ ਸੀ। ਅੱਛਾ, ਮੈਂ ਹਾਂ ਗਿਆਨ ਬਾਹਮਣ ਸੀ, ਠੀਕ ਹੈ, ਉੱਥੇ ਤੇ ਇਸ ਵੇਲੇ ਖੂਹੀ ਦੇ ਉੱਤੇ ਮੱਲ ਪੈ ਗਿਆ, ਹਾਂਜੀ, ਬਾਕੀ ਉਹਨਾਂ ਪੁੱਛਿਆ ਸੀ ਇਹ ਜਿਹੜਾ ਰਕਬਾ ਸੀਗਾ ਤੁਹਾਡਾ ਸਾਰੇ ਸਿੱਖ ਬਰਾਦਰੀ ਦਾ, ਅੱਛਾ, ਉੱਥੇ ਸਾਰੇ ਨੇ ਜ਼ਿਲ੍ਹਾ ਅੰਬਾਲੇ ਦੇ ਗੁਜਰ ਬਣਾ ਦੀ ਮਾਲਕ, ਠੀਕ, ਹੋਰ ਵੀ ਕਸ਼ਮੀਰੀ ਬੋਲਦੇ, ਗੁਰਦਾਸਪੁਰ ਦੇ, ਕੋਈ ਅੰਬਰਸਰ ਦੇ ਨੇ, ਕੋਈ ਜੀ 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 ਜੀ। ਬਾਬਾ ਜੀ ਹੁਣ ਥੋੜਾ ਜਿਹਾ ਅਸੀਂ ਬਾਜ਼ਾਰ ਵੱਲ ਆਈਏ, ਹੈ ਨਾ, ਜੁਗਾਰੇ ਦੀਆਂ ਉਸ ਵੇਲੇ ਦੀਆਂ ਬਾਜ਼ਾਰ ਦੀਆਂ ਜਿਹੜੀਆਂ ਰੌਣਕਾਂ ਸਨ, ਹੈ, ਕਿੰਨੇ ਕੁ ਪਿੰਡ ਨੂੰ ਲੱਗਦੇ ਸਨ ਜਿੱਥੋਂ ਲੋਕ ਥੁਆਕ ਸੌਦਾ ਸਲਫ ਲੈਂਦੇ ਸਨ ਆਪਣਾ? ਇਹ ਜੀ ਜਿਹੜਾ ਸੀ ਜੁਗਾਰੇ ਵਾਲਾ ਬਾਜ਼ਾਰ, ਇਹਨੂੰ ਪੜਤਾਲੀ ਤੋਂ ਲਾ ਕੇ ਰਿਸ਼ਾੜਾ, ਪੰਜਗਰਾਈਆ, ਬਡਿਆਣਾ, ਛਾੜ, ਕੱਸੋ ਵਾਲਾ ਮੰਡ, ਕੋਰੇ ਕੇ, ਇਹ ਚਾਰ ਸਵੇਰੇ ਪਿੰਡ ਜਿਹੜੇ ਜਿਤਾਰੇ ਸਭ ਦਾ ਖੇ ਪਰੋਜ ਕੇ ਬਡਿਆਣੇ ਤੱਕ ਲੋਕ ਇੱਥੇ ਆਉਂਦੇ ਹਨ, ਬਡਿਆਣੇ ਬਡਿਆਣਾ ਹੈ, ਕਿਸੇ ਨੂੰ ਖੰਗਾ ਨਹੀਂ ਦਿੰਦਾ, ਉਹ ਉੱਥੋਂ ਦੇ ਲੋਕ ਇੱਥੇ ਆਉਂਦੇ ਸਨ, ਉੱਥੇ ਬੱਲੇ ਬੱਲੇ ਹੋਣੀ ਰੌਣਕ ਕੋਈ ਬਡਿਆਣੇ, ਠੀਕ ਹੈ ਠੀਕ ਹੈ, ਉਹ ਵੀ ਪਾਣੀ ਮੁੱਕ ਜਾਂਦਾ, ਕੱਪੜਾ ਕੱਪੜਾ ਕਰਿਆਨਾ, ਸੁਨਿਆਰੀ ਦੀਆਂ ਦੁਕਾਨਾਂ, ਅੱਛਾ, ਸਾਰਾ ਕੁਛ ਮੌਜੂਦ ਗੁਲਾਬ ਦੀ ਸੁਨਿਆਰਾ ਸੀ ਇੱਥੇ ਬੱਲੇ, ਠੀਕ, ਮੁਸਲਮਾਨ ਸੀ? ਮੁਸਲਮਾਨ ਸੀ, ਅੱਛਾ, ਗੁਲਾਬ ਦੀ, ਠੀਕ, ਕਿਹੜੀ ਬਰਾਦਰੀ ਸੀ? ਜੀ ਠੀਕ ਹੈ। ਅੱਛਾ, ਤੇ ਬਾਬਾ ਜੀ ਹੋਰ ਗੱਲ ਦੱਸੋ ਕਿ ਕੱਪੜੇ ਦੀ ਸਭ ਤੋਂ ਵੱਡੀ ਦੁਕਾਨ ਜੁਧਾਲੇ ਪਿੰਡ ਚ ਬਾਜ਼ਾਰ ਦੇ ਵਿਚ ਕਿਹਦੀ ਸੀ, ਕਿਸ ਖਤਰੀ ਦੀ ਸੀ? ਵੱਡੀ ਦੁਕਾਨ ਜਿਹੜੀ ਨਾ ਉਹ ਅਮਰਨਾਥ, ਅਮਰਨਾਥ, ਅੱਛਾ, ਹੋਰ ਉੱਥੇ ਲੋਕਾਂ ਕੂੜਾ ਛੱਡੇ ਆ, ਅਜੇ ਦੁਕਾਨ ਕਾਇਮ ਹੈ, ਉੱਤੇ ਚਵਾਰਾ ਵੀ ਕਾਇਮ ਹੈ। ਅੱਛਾ ਜੀ, ਬਾਜ਼ਾਰ ਜੋ ਹੁਣ ਜ਼ਿਆਦਾ ਰੌਣਕ ਜਿਹੜੀ ਜਿਹੜੀ ਬਾਜ਼ਾਰ ਦੇ ਕੇ ਫਿਰਨੀ ਬਣੀ ਹੈ, ਨੱਥੂ ਲੰਬੜ ਦੇ ਖੂਹ ਤੋਂ ਲੈ ਕੇ ਤੇ ਦਾਰੇ ਸ਼ਾਹ ਫਕੀਰ ਦੇ ਦਾਰੇ ਸੀ, ਤਾਂ ਇਹ ਬਾਜ਼ਾਰ ਬਣਿਆ। ਅਸਲ ਜਿਹੜਾ ਬਾਜ਼ਾਰ ਸੀ ਉਹ ਉੱਥੇ ਹੈ, ਬਾਹਰ ਨਿਕਲ ਗਿਆ, ਪਰ ਓਡੀ ਰੌਣਕ ਨਹੀਂ, ਰੌਣਕ ਨਹੀਂ, ਬਾਹਰ ਰੌਣਕ ਬੜੀ, ਕੱਪੜੇ ਦੀ ਦੁਕਾਨਾਂ ਉਹਨੇ 5-6 ਮਨਿਆਰੀ ਦੀਆਂ ਦੁਕਾਨਾਂ ਨੇ, ਹੁਣ ਜੁੱਤੀਆਂ ਦੀਆਂ ਦੁਕਾਨਾਂ ਨੇ, ਹਰ ਸ਼ਹਿਰ ਜੁਧਾਲੇ ਦੇ ਵਿੱਚ ਮੌਜੂਦ। ਤੇ ਉਸ ਵੇਲੇ ਬਾਬਾ ਜੀ ਜੁੱਤੀ ਜਿਹੜੀ ਲੋਕ ਪਾਉਂਦੇ ਸੋ, ਤੁਸੀਂ ਪਾਉਂਦੇ ਸੋ, ਚੰਮ ਦੀਆਂ ਜੁੱਤੀਆਂ ਹੁੰਦੀਆਂ, ਚੰਮ ਦੀ ਜੁੱਤੀ ਮੋਚੀ ਸੀ, ਤੁਹਾਨੂੰ ਪਤਾ ਸਰਦਾਰ ਸਿੰਘ ਨੇ ਇਹਨਾਂ ਦੇ ਗੁਆਂਢ ਹੁੰਦੇ ਆ, ਸਰਾਜ, ਦੈਤ, ਖੁਦਾਪਸ਼, ਅੱਛਾ, ਉਹ ਜੁੱਤੀਆਂ ਸੀ ਆਉਂਦੀਆਂ, ਮੋਲਾ ਮੋਚੀ ਵੀ ਜੁੱਤੀਆਂ ਸੀ, ਈਦਾ ਮੋਚੀ ਵੀ ਜੁੱਤੀਆਂ ਸੀ ਆਉਂਦੀਆਂ, ਸੁਰਾਗ ਮੋਚੀ ਵੀ ਜੁੱਤੀਆਂ ਸੀ ਆਉਂਦੀਆਂ, ਸਾਰੇ ਜੁੱਤੀਆਂ ਹੀ ਸੀ ਆਉਂਦੇ, ਚੰਗੇ ਕਾਰੀਗਰ, ਹਾਂ, ਬੜੀ ਜੁੱਤੀ, 4 ਸਾਲ ਹਾਂਡੀ, ਠੀਕ। ਤੇ ਕਰਿਆਨੇ ਦੀ ਸਭ ਤੋਂ ਵੱਡੀ ਦੁਕਾਨ ਕਿਹਦੀ? ਕਰਿਆਨੇ ਦੀ ਵੱਡੀ ਦੁਕਾਨ ਜਿਹੜੀ ਸਭ ਸੀ ਨਾ
ਕਿਹੜਾ ਖਤਰੀ ਸੀ ਜਾਂ ਕੋਈ ਬਾਹਮਣ ਸੀ ਕੋਈ ਨੀ ਆਪਣਾ ਚਲੋ ਕੋਈ ਨੀ ਅੱਛਾ ਕੋਈ ਇਸ ਤਰ੍ਹਾਂ ਦਾ ਬੰਦਾ ਆਇਆ ਸੀ ਖਤਰੀਆਂ ਚੋਂ ਜਿਹੜਾ ਵਿਆਜ ਤੇ ਪੈਸੇ ਦਿੰਦਾ ਹੁੰਦਾ ਹੈ ਅੱਛਾ ਵਿਆਜ ਲੈਂਦੇ ਹੈ ਇੱਕ ਪੰਨੇ ਸ਼ਾਹ ਹੋਇਆ ਪੰਨੇ ਸ਼ਾਹ ਉਦੋਂ ਚਧਰਾ ਉਹ ਕਰਦਾ ਸੀ ਉਹਦਾ ਬੇੜਾ ਸੀ ਅੱਗੋਂ ਰਤਨ 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 ਜਿਹੜਾ ਸੀ ਉਹ ਜਵਾਨ ਸੀ ਉਸ ਵਕਤ ਉਹਦੇ ਚ ਕੋਲ ਰਫੜ ਵੀ ਸੀ ਅੱਛਾ ਮੋਟਰਸਾਈਕਲ ਵੀ ਸੀ ਉਹ ਜਦੋਂ ਬੀਬੀਆਂ ਵਾਲਿਆ ਲੋਕਾਂ ਦੇ ਬਾਜ਼ਾਰੋਂ ਲੰਘਦੀਆਂ ਸਨ ਤੇ ਉਹਨਾਂ ਨੂੰ ਤੰਗ ਕਰਦਾ ਠੀਕ ਲੋਕਾਂ ਨੇ ਸ਼ਿਕਾਇਤ ਕੀਤੀ ਵੀ ਐ ਕਰ ਅੱਛਾ ਇਹ ਵੀ ਸਾਰੇ ਪਿੰਡ ਨੇ ਕਮੀਆਂ ਨੇ ਕੀਤੀ ਝੰਡਾ ਸਿੰਘ ਕੇ ਬੁਲਾਰੀ ਸਾਰਿਆਂ ਸਲਾਹ ਕੀਤੀ ਇਹਦਾ ਕੁਝ ਕਰਨਾ ਚਾਹੀਦਾ ਉਹ ਫਿਰ ਸਲਾਹ ਇਹ ਕੀਤੀ ਬਾਈ ਜੇ ਕੋਈ ਕੰਮ ਵਾਧਾ ਹੋ ਜਾਏ ਤੇ ਗਰਾਈ ਲਾ ਕੇ ਇਹ ਬਗਰ ਲਾਣੀ ਸ਼ੇਹਾਂ ਨੂੰ ਖਿਲਾੜ ਜਾਣ ਅੱਛਾ ਉਹ ਫਿਰ ਸੁਬਾਹ ਛੱਡਿਆ ਇੱਕ ਦਿਨ ਬਜ਼ਾਰੀ ਵਾਲੇ ਨੇ ਜਿੱਦਣ ਬੇ ਹਥਿਆਰ ਆ ਉਦੋਂ ਦੱਸਣ ਉਦੋਂ ਫਿਰ ਉਹ ਸੂਬੇ ਨੇ ਦੱਸਿਆ ਕਿ ਇਸ ਵਕਤ ਜਿੱਥੇ ਪੰਜਾਂ ਜਮਾਤਾਂ ਦਾ ਸਕੂਲ ਸੀ ਨਾ ਉੱਥੇ ਇੱਕ ਪੈ ਸੀ ਉਹਦੇ ਚ ਟੱਟੀ ਬੈਠਾ ਸਰਗੀ ਵਾਲੇ ਸੂਬੇ ਨੇ ਦਿੱਤਾ ਪਿਆ ਫਿਰ ਟੱਟੀ ਬੈਠਾ ਹਥਿਆਰ ਸ਼ਰ ਕੋਈ ਨੀ ਉਹਦੇ ਕੋਲ ਅੱਛਾ ਉਦੋਂ ਫਿਰ ਇਹ ਸ਼ੇਖ ਜਾ ਪੈ ਨੇ ਅੱਛਾ ਸੁਲਤਾਨ ਸ਼ੇਖ ਸੀ ਉਹਨੇ ਮਾਰੀ ਡਾਂਗ ਤੇ ਉਹਨੇ ਹੱਥੋਂ ਪਾ ਲਈ ਜਣਾ ਹੀ ਬੇ ਬੜਾ ਸੀ ਅੱਛਾ ਤੇ ਦਲੇਰਾ ਵੀ ਬੜਾ ਸੀ ਰਤਨ ਔਰ ਉਹਨਾਂ ਦਾ ਇੱਕ ਪ੍ਰਾਹੁਣਾ ਸੀ ਸੁੰਦਰ ਉਹਨੇ ਮਾਰੀ ਡਾਂਗ ਗਿੱਟੇ ਦੇ ਉੱਤੇ ਖੇਡੇ ਚ ਪਿਆ ਫਿਰ ਇਹਦਾ ਕੁੱਤੇ ਨਸਣ ਲੱਗਾ ਚੂੜੀਦਾਰ ਪਜਾਮਾ ਸੀ ਅੱਛਾ ਉਹ ਫਿਰ ਨਸਣ ਨਹੀਂ ਦਿੰਦਾ ਉਹ ਫਿਰ ਕੁੱਟ ਕੁੱਟ ਕੇ ਇਹਨਾਂ ਫਿਰ ਬੋਸ਼ਕਾ ਛੜਿਆ ਉਦੋਂ ਸਾਡੇ ਪਿੰਡ ਦਾ ਹਸਪਤਾਲ ਡਾਕਟਰ ਛੱਬੀ ਦਾ ਪਰਚਾ ਹੁੰਦਾ ਸੀ ਅੱਛਾ ਠੀਕ ਹੈ ਡਾਕਟਰ ਸੀ ਉਦੋਂ ਸਿੱਖ ਗਿਆਨ ਸਿੰਘ ਠੀਕ ਹੈ ਵਾਹ ਜੀ ਉਹ ਜੋ ਗੱਲ ਸੁਣੀ ਉਹਨੇ ਪਰਚਾ ਕੋਈ ਨਰਮ ਕੀਤਾ ਤੇ ਆਖਣ ਦਾ ਮਰੀਜ਼ ਇੱਥੇ ਨਹੀਂ ਮਰਨ ਲੱਗਾ ਮੌਕੇ ਤੇ ਨਹੀਂ ਮਰਦਾ ਉਹਦੇ ਦਾਖਲ ਉਹਨੇ ਪੱਟੀ ਲਾਈ ਉਹਨੂੰ ਗੈਸ ਚੱਲ ਗਈ ਤੀਜੇ ਦਿਨ ਆਖਣ ਕਹਾ ਮੇਰੇ ਘਰ ਕੰਮ ਨਹੀਂ ਸਿਆਲਕੋਟ ਲੈ ਜਾ ਉਹਨੂੰ ਰੇੜੇ ਤੇ ਲਾਦ ਕੇ ਸਿਆਲਕੋਟ ਇੱਕ ਦਾਰਾ ਖਵਾਉਂਦਾ ਕੁੱਕੜਾ ਰਾਹ ਦੇ ਵਿੱਚ ਉੱਥੇ ਉਹ ਮਰ ਗਿਆ ਫਿਰ ਕੇਸ ਚੱਲਦਾ ਰਿਹਾ ਬੜੀ ਦੂਰ ਉਹ ਬੰਦੇ ਜਿੰਨਾ ਮਾਰਿਆ ਸੀ ਉਹ ਸੱਤ ਸਾਲ ਸਿਆਲਕਾ ਚ ਬੜੀ ਹੋ ਗਿਆ ਸੱਤ ਸੱਤ ਸਾਲ ਉਹਨਾਂ ਨੇ ਸਜ਼ਾ ਕੱਟੀ ਇਹ ਕਹਿ ਲੋ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਵਕੂ ਆਇਆ ਵਾਕਿਆ ਆਇਆ ਠੀਕ 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 ਉਹ ਕਿੰਨੇ ਬੰਦੇ ਸਨ ਜਿਨ੍ਹਾਂ ਨੇ ਸੱਤ ਸੱਤ ਸਾਲ ਹਾਂਜੀ ਉਹ ਕਿੰਨੇ ਬੰਦੇ ਸਨ ਟੋਟਲ ਜਿਨ੍ਹਾਂ ਦੇ ਕਤਲ ਪੈ ਗਿਆ ਮਤਲਬ ਬਲਕਿ ਮਾਰਿਆ ਸੱਤ ਬੰਦੇ ਸਨ ਸੱਤਾਂ ਬੰਦਿਆਂ ਨੇ ਸੱਤ ਸੱਤ ਸਾਲ ਭੁਗਤੀ ਨਹੀਂ ਹਾਂ ਪੰਜਾਂ ਨੇ ਉਹਨਾਂ ਪੰਜਾਂ ਦੇ ਵਿੱਚ ਸਾਰੇ ਸਿੱਖ ਹੀ ਸਨ ਕਿ ਜਾਂ ਕੋਈ ਮੁਸਲਮਾਨ ਵੀ ਆਇਆ ਸੀ ਨਹੀਂ ਮੁਸਲਮਾਨ ਸਾਰੇ ਮੁਸਲਮਾਨ ਸਾਰੇ ਮੁਸਲਮਾਨ ਉਹਨਾਂ ਨੂੰ ਪਤਾ ਮਾਮਦੀਨ ਲਾਦੀਨ ਅੱਛਾ ਅੱਛਾ ਮਮਦਲੀ ਅਹਿਮਦਲੀ ਸੁਲਤਾਨਾ ਤੇ ਇੱਕ ਸੀ ਨਵਾਬ ਨਵਾਬ ਅੱਛਾ ਮਾਮਦੀਨ ਦਾ ਪੁੱਤਰ ਸੀ ਨਵਾਬ ਅੱਲਾ ਦਿੱਤਾ ਅੱਛਾ ਇਹ ਸਜ਼ਾ ਭੁਗਤ ਕੇ ਆਏ ਸਨ ਉਹ ਇਹ ਹੋਇਆ ਸੀ ਜਿਹੜਾ ਅੱਲਾ ਜਿਹੜਾ ਕਦੇ ਨਸੀਬ ਜਿਹੜਾ ਬਾਪ ਜੀ ਸਾਡਾ ਉਹਦਾ ਕੋਈ ਵਾਕਫੀ ਸੀ ਕਲੇਰੀ ਟੀਂਗਰਾ ਘੁਬਿਆਰਾ ਵਿਆਹੇ ਸਨ ਪਤਾ ਲੱਗਾ ਜਿਹੜਾ ਜੱਜ ਦਾ ਲੀਡਰ ਹਾਈ ਕੋਰਟ ਉਹ ਬੁੱਢੇ ਕਰਾਏ ਦਾ ਅੱਛਾ ਉਹਨਾਂ ਫਿਰ ਇੱਥੋਂ ਖੜ ਕੇ ਬੰਦਾ ਫਰਮਾਇਸ਼ ਪਾਈ ਉਹਨਾਂ ਮਿਸਲ ਜਿਹੜੀ ਥੱਲੇ ਸੁੱਟ ਛੱਡੀ ਨਿਕਲੇ ਉਹਨੇ ਫਿਰ ਮਿਸਲ ਜਿਹੜੀ ਪੁੱਟ ਕੇ ਅੱਗੇ ਲੈ ਦਿੱਤੀ ਜੇਕਰ ਅੱਗੇ ਲੈ ਦਿੱਤੇ ਇੱਕ ਦੋ ਤਰੀਕ ਗਿਆ ਫਿਰ ਉਹਨੇ ਆਖਿਆ ਤੁਹਾਡਾ ਤਰੀਕ ਭੂਤਣ ਨੀ ਆਉਣਾ ਐਡੀ ਦੂਰ ਮੈਂ ਆਪ ਭੂਤਲਾ ਕਰਾਂਗਾ ਉਹ ਤਰੀਕ ਭੂਤੀ ਇੱਕ ਦੋ ਉਹਨਾਂ ਦੇ ਪਿਓ ਸਾਡੇ ਨੇ ਆਖਿਆ ਝੋਰੀ ਬੁੱਢੇ ਨੂੰ ਇੱਕ ਟੀਨ ਦੇਸੀ ਘਿਓ ਦਾ ਤੁਹਾਨੂੰ ਘਰ ਛੱਡਿਆ ਤਰੀਕ ਭੁਗਤਣ ਨਾ ਆਇਓ ਉਹ ਇਹਨਾਂ ਟੀਨ ਦੇ ਕੇ ਅਹਿਮਦਲੀ ਨੂੰ ਕਹਿੰਦੇ ਪੀਰੋ ਚੰਗ ਬਹਿ ਰਿਹਾ ਉਧਰੋਂ ਤਾਰ ਆ ਗਈ ਤੇ ਬੰਦੇ ਤੁਹਾਡੇ ਸਾਰੇ ਬਰੀ ਗਏ ਸਹੀ ਹੈ ਠੀਕ ਹੈ ਟੋਰੀਆਂ ਨੇ ਮਰਿਆ ਸੀ ਮੈਂ ਟੋਰੀਆਂ ਨੇ ਨਹੀਂ ਮਰਿਆ ਉਹ ਪੋਲੀਓ ਫੈਲ ਹੋਇਆ ਤੇ ਖਰਾਜੀਆਂ ਦੀ ਕੋਲ ਨੀ ਡਿੱਗਾ ਸੀ ਜਾਗ ਜਾਗ ਠੀਕ ਠੀਕ ਬਹੁਤ ਵਧੀਆ ਬਾਬਾ ਜੀ ਰੱਬ ਸੋਹਣਾ ਤੁਹਾਨੂੰ ਸਲਾਮਤ ਰੱਖੇ ਅੱਛਾ ਫਿਰ ਬਾਬਾ ਕਹਿੰਦਾ ਵੇ ਕਿ 700 ਖੱਡੀ ਸੀ 700 ਦੇ ਹਜ਼ਾਰ ਖੱਡੀ ਸੀ ਅੱਛਾ ਬੱਲੇ ਬੱਲੇ ਠੀਕ ਹੈ ਠੀਕ ਹੈ ਤੇ ਬਿਸ਼ੰਬਰ ਨਾਥ ਬੰਦਾ ਸੀ ਕੋਈ ਅਮਰਨਾਥ ਬਿਸ਼ੰਬਰ ਨਾਥ ਬਿਸ਼ੰਬਰ ਨਾਥ ਉਹਨਾਂ ਨੇ ਨਾਂ ਦੱਸਿਆ ਉਹ ਮੈਨੂੰ ਅੱਗੇ ਕੋਈ ਤੇ ਮੈਂ ਮੈਨੂੰ ਅੱਛਾ 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 ਨਹੀਂ ਤੇ ਇਹ ਗੱਲ ਵਾਕਈ ਇੱਕ ਪੁੱਛੀ ਇਹਨਾਂ ਭਗਤਾ ਸਾਈ ਸੀ ਅੱਛਾ
याद आ गया भगता साई मंगे साई का मुंडा सी भगता। अच्छा। अस्पताल की सफाई कर दिता। ठीक है ठीक है। चलो नहीं अपना गल की कर जावो तो वाकई खड़िया है सन हजार कपड़ा कुपड़ा बड़ी खड़ी पता शाह बढ़िया की वेली सारे खड़ी भरी। अच्छा। अंबरनाथ हर बाणिया ने खड़ी लुवाई चलाए उन्हों का काम करते है कारोबार करते है। ठीक है। जदों तुर गए सन 47 च मजदूर कराए बड़े गठा पईआं सूत्रां दी ओ फिर जलाए दे हथ च आ गई जलाए जानते हैं उन्होंने वास्ते जलाया भी जलाया भी हो गया भा लग गया करंटी रुपये गज करंटी हो गए हो गए बाकी दसा एक लबा साई सी। अच्छा अच्छा। ओडे घर दो पेटिया भर के सवार दिया तरिया ने उन्हों का की हाल मैं बाबे सरदार ने कहा तुम। अच्छा फिर ਉਹਨਾਂ ਦਾ ਕੁਰਬਾ ਸਾਰਾ ਹੀ ਫੌਤ ਹੋ ਗਿਆ ਆਪੀ ਬੱਚੇ ਵੀ ਫੌਤ ਹੋ ਗਏ ਮੈਂ ਜਿਹੜਾ ਬਾਲ ਖਾਏ ਫਈ ਹੁੰਦਾ ਨਾ ਤੁਸੀਂ ਆਪਦੇ ਨਾਲ ਔਖਾ ਗਏ ਜਿੱਦਾਂ ਬਿਲਕੁਲ ਸਹੀ। ਠੀਕ ਹੈ। ਅੱਛਾ ਬਾਬਾ ਜੀ ਖੱਡੀਆਂ ਕੋਈ ਇੱਕ ਬੰਦੇ ਨੇ ਨਹੀਂ ਸੀ ਲਾਈਆਂ ਮਤਲਬ ਕਿ ਹਰ ਬਾਣੀ ਜਿਹਨੂੰ ਪਤਾ ਲੱਗ ਗਿਆ ਉਹ ਹੀ ਲਵਾਈ ਗਿਆ ਮੁਸਲਮਾਨਾਂ ਚੋਂ ਲਵਾਈ ਗਏ ਉਹਨਾਂ ਚੋਂ ਵੀ ਲਵਾਈ ਗਏ ਜੱਟਾਂ ਚੋਂ ਵੀ ਲਵਾਈ ਗਏ ਜੁਦਾਲੇ ਪਿੰਡ ਦੇ ਚਾਰ ਚੁਫੇਰੇ ਵਿਚਕਾਲੇ ਆਪਣਾ ਸਭ ਖੱਡੀਆਂ ਲੱਗੀਆਂ ਸਨ ਕੋਈ ਮਖਸੂਸ ਇੱਕ ਜਗ੍ਹਾ ਜਿੱਥੇ ਜਿੱਥੇ ਕਿਸੇ ਦਾ ਕੋਈ ਥਾਂ ਸੀ ਸਹੀ। ਅੱਛਾ ਜੀ ਹੁਣ ਦੂਸਰਾ ਬਾਬਾ ਇੱਕ ਹੋਰ ਜੁਦਾਲੇ ਦਾ ਬਾਬਾ ਟਹਿਲ ਸਿੰਘ ਜਿਹਨੂੰ ਤੁਸੀਂ ਟਹਿਲੂ ਕਰਕੇ ਕਹਿੰਦੇ ਹੋ ਠੀਕ ਹੈ ਉਹ ਬਾਬਾ ਜੀ ਇੱਥੇ ਰਹਿ ਗਿਆ ਉਹ ਕਹਾਣੀ ਸੁਣਾਓ ਕੀ ਵਕੂ ਆਇਆ ਕਿਸ ਤਰ੍ਹਾਂ ਉੱਥੇ ਰਹਿ ਗਿਆ ਕਿੰਨੇ ਦਿਨ ਇੱਥੇ ਰਿਹਾ ਸਾਂਭ ਸੇਵਾ ਕੌਣ ਕਰਦਾ ਰਿਹਾ ਜਦੋਂ ਪਾਕਿਸਤਾਨ ਇੰਡੀਆ ਦੀ ਵੰਡ ਹੋਈ।